नमस्कार सत श्रीकाल आदाब जी, तुसी सब वेख रहे हो जी अपना प्रोग्राम जिहदा नाम है ओए मेरी भी सुनो। तुसी सुनिया होना है जी, बच्चे रब दा रूप हुंदे ने, ते उहनां विचों ही असीं तुहाडे सामने अज इक छोटे जिहे बच्चे नूं पेश करन जा रहे हां जी। नमस्कार बेटा जी। नमस्कार जी। की नाम है तुहाडा? आंटी जी मेरा नाम डीले हैगा। ਤੁਹਾਡੀ ਅੱਖਾਂ ਦਾ ਰੋਹ ਵੇਖ ਕੇ ਹੀ ਪਤਾ ਲੱਗਣ ਡਿਆ ਹੈ। ਆਂਟੀ ਹੁਣ ਤੁਸੀਂ ਮੇਰਾ ਮਜ਼ਾਕ ਉਡਾਓਗੇ? ਪਤਾ ਮੇਰੇ ਦੋਸਤ ਜੀ ਮੇਰੀ ਅੱਖਾਂ ਵਾਲੇ ਉਲਟੇ ਸਿੱਧੇ ਗਾਣੇ ਗਾਉਂਦੇ ਰਹਿੰਦੇ ਨੇ। ਉਹ ਕਹਿੰਦੇ ਨੇ ਯੇ ਟੇ ਡੀ ਟੇ ਡੀ ਆਂਕੇ ਤੁਰੂਰੂ ਤੁਰੂਰੂ ਯੇ ਗੋਰੇ ਗੋਰੇ ਗਾਲ ਤੁਰੂਰੂ ਤੁਰੂਰੂ ਯੇ ਤਿੱਕੀ ਤਿੱਕੀ ਨਜ਼ਰੇ ਤੁਰੂਰੂ ਤੁਰੂਰੂ ਯੇ ਕੁੱਤੇ ਜੈਸੀ ਚਾਲ ਤੁਰੂਰੂ ਤੁਰੂਰੂ। ਇੱਦਾਂ ਤੁਰਨ ਹੁੰਦਾ ਆਂਟੀ ਜੀ? ਸਾਰੇ ਇੱਦਾਂ ਕਹਿੰਦੇ ਰਹਿੰਦੇ ਮੇਰੀ ਅੱਖਾਂ ਵਾਲੇ। ਬੇਟਾ ਜੀ ਆ ਰੋਵੋ ਨਾ, ਆ ਚਲੋ ਇਹ ਛੱਡੋ, ਇਹ ਦੱਸੋ ਆ ਤੁਹਾਡੀ ਹਾਈਟ ਇੰਨੀ ਨਿੱਕੀ ਜੀ ਕਿੱਦਾਂ ਰਹਿ ਗਈ? ਆਂਟੀ ਜੀ ਮੇਰੇ ਮੰਮੀ ਕਹਿੰਦੇ ਜਦੋਂ ਨਾ ਮੈਂ ਜੰਮਿਆ ਸੀ ਨਾ ਮੇਰੇ ਉੱਤੇ ਸਰਾਣਾ ਹੀ ਡਿੱਗ ਗਿਆ ਸੀ, ਫਿਰ ਉਦੋਂ ਦੀ ਮੇਰੀ ਹਾਈਟ ਛੋਟੀ ਹੀ ਰਹਿ ਗਈ। ਕਰੋ ਅਜੇ ਸਰਾਣਾ ਹੀ ਡਿੱਗਿਆ, ਜੇ ਕਿਤੇ ਗੱਦਾ ਡਿੱਗ ਪੈਂਦਾ ਤਾਂ ਤੁਹਾਨੂੰ ਲੋਕਾਂ ਨੇ ਚੱਕ ਕੇ ਜੇਬ ਵਿੱਚ ਪਾ ਕੇ ਘੁੰਮਣਾ ਸੀ। ਆਂਟੀ ਜੀ ਤੁਸੀਂ ਮੇਰਾ ਮਜ਼ਾਕ ਨਾ ਉਡਾਓ, ਪਤਾ ਮੇਰੇ ਦੋਸਤ ਮੇਰੇ ਅੱਖਾਂ ਬਾਰੇ ਮਜ਼ਾਕ ਉਡਾਉਂਦੇ ਰਹਿੰਦੇ, ਤਾਂ ਕਿ ਮੇਰੇ ਅੱਖਾਂ ਥੋੜੀਆਂ ਟੇਢੀਆਂ ਹੈ, ਲੱਗਦਾ ਤਾਂ ਮੈਂ ਸ਼ਾਹਰੁਖ ਖਾਨ ਵਰਗਾ ਹੀ ਹੈ ਨਾ, ਤਾਂ ਕਿ ਮੇਰੀ ਹਾਈਟ ਮਾੜੀ ਜੀ ਛੋਟੀ ਰਹਿ ਗਈ, ਲੱਗਦਾ ਤਾਂ ਆਮਿਰ ਖਾਨ ਵਰਗਾ ਹੀ ਹੈ ਨਾ। ਬੇਟਾ ਜੀ ਆ ਸਲਮਾਨ ਖਾਨ ਨੂੰ ਕਿਉਂ ਛੱਡਤਾ? ਉਹਨੂੰ ਵੀ ਵਿੱਚ ਪਾ ਲੈਣਾ ਸੀ। ਸਲਮਾਨ ਖਾਨ ਨੂੰ ਨਹੀਂ ਅਸੀਂ ਵਿੱਚ ਪਾਉਣਾ ਆਂਟੀ। ਸਲਮਾਨ ਖਾਨ ਨੂੰ ਨਹੀਂ ਪਾਉਣਾ, ਉਹ ਕਿਉਂ? ਉਹਦਾ ਤੇ ਆਪਣਾ ਹੀ ਵਿਆਹ ਨਹੀਂ ਹੋਇਆ, ਮੈਂ ਤੇ ਵਿਆਹ ਕਰਾਉਂਗਾ ਨਾ। ਓਹੋ ਤੁਹਾਨੂੰ ਵਿਆਹ ਦੀ ਬੜੀ ਕਾਹਲੀ ਹੈ, ਐਸਾ ਕਰਨੇ ਆ ਜੀ ਤੁਹਾਡਾ ਬਾਲ ਵਿਆਹ ਕਰਵਾ ਦਿੰਨੇ ਆ। ਮਨ ਦੀ ਨੀ ਗੱਲ ਸੁਣੋ ਆਂਟੀ ਜੀ, ਕਹਿੰਦੀ ਵੱਡੇ ਹੋ ਕੇ ਵਿਆਹ ਕਰਵਾਉਣਾ, ਮੈਂ ਵੀ ਸਕੀਮ ਲਾ ਕੇ ਬੇਬੇ ਨੂੰ ਸਮਝਾ ਲਿਆ, ਮੈਂ ਇੰਗਲਿਸ਼ ਵਾਲੀ ਮੈਡਮ ਨੂੰ ਭਜਾਉਣਾ। ਓਏ ਆ ਤੂੰ ਆਪਣੀ ਉਮਰ ਤਾਂ ਵੇਖ, ਸਿੱਧਾ ਹੀ ਇੰਗਲਿਸ਼ ਵਾਲੀ ਮੈਡਮ ਦੇ ਨਾਲ, ਓਏ ਸ਼ਰਮ ਕਰ ਸ਼ਰਮ। ਉਹ ਇੰਗਲਿਸ਼ ਵਾਲੀ ਮੈਡਮ ਕਿਹੜੀ ਘੱਟ ਹੈ, ਤੁਹਾਨੂੰ ਪਤਾ ਉਹਦਾ? ਨਹੀਂ। ਉਹ ਤੁਹਾਨੂੰ ਪਤਾ ਹੈ? ਓਏ ਨਹੀਂ ਪਤਾ। ਆਂਖ ਮਾਰੇ ਇੰਗਲਿਸ਼ ਵਾਲੀ ਮੈਡਮ, ਆਂਖ ਮਾਰੇ ਆਂਖ ਮਾਰੇ ਇੰਗਲਿਸ਼ ਵਾਲੀ ਮੈਡਮ, ਆਂਖ ਮਾਰੇ ਏ ਮੁਝਕੋ ਬੁਲਾਏ, ਏ ਬੀ ਸੀ ਮੁਝਕੋ ਸਿਖਾਏ, ਉਹ ਮੈਡਮ ਆਂਖ ਮਾਰੇ। ਓਏ ਆ ਛੋਟਾ ਜਿਹਾ ਬੱਚਾ ਤੇ ਬੱਚਾ ਰਹਿ। ਆਂਟੀ ਜੀ ਛੋਟਾ ਨਹੀਂ ਕਹਿਣਾ, ਛੋਟਾ ਬੱਚਾ ਸਮਝ ਕੇ ਹਮਕੋ ਨਾ ਸਮਝਾਨਾ ਰੇ, ਸ਼ਕਲਕ ਬੂਮ ਬੂਮ ਸ਼ਕਲਕ ਬੂਮ ਬੂਮ। ਬੇਟਾ ਜੀ ਤੁਸੀਂ ਤਾਂ ਗੁੱਸਾ ਹੀ ਕਰ ਗਏ, ਇਹ ਦੱਸੋ ਤੁਹਾਡੇ ਪਾਪਾ ਕੀ ਕੰਮ ਕਰਦੇ ਨੇ? ਮੇਰੇ ਪਾਪਾ ਬਹੁਤ ਵੱਡਾ ਕੰਮ ਕਰਦੇ ਨੇ। ਬਹੁਤ ਵੱਡਾ ਕਿਹੜਾ ਕੰਮ ਕਰਦੇ ਨੇ? ਵੱਡੇ ਤੇ ਵੱਡੇ ਲੋਕੀ ਮੇਰੇ ਪਾਪਾ ਅੱਗੇ ਨਾ ਕਟੋਰਾ ਲੈ ਕੇ ਖੜਾ ਹੁੰਦੇ ਨੇ। ਅੱਛਾ ਹਾਂਜੀ, ਇਹ ਕਿਹੋ ਜਿਹਾ ਕੰਮ ਹੋਇਆ? ਉਹ ਬੜੀ ਸ਼ਾਨ ਨਾਲ ਗੋਲਗੱਪਿਆਂ ਦੀ ਰੇੜੀ ਲਗਾਉਂਦੇ ਨੇ। ਅੱਛਾ ਬੇਟਾ ਜੀ ਇਹ ਦੱਸੋ ਤੁਹਾਡੇ ਫਰੈਂਡਸ ਤਾਂ ਬਥੇਰੇ ਹੋਣੇ ਨੇ। ਆਂਟੀ ਜੀ ਇਹ ਫਰੈਂਡ ਫਰੁੰਡ ਤਾਂ ਨਿਆਣੇ ਬਣਾਉਂਦੇ ਨੇ, ਮੈਂ ਤਾਂ ਗਰਲਫ੍ਰੈਂਡ ਬਣਾਈ ਹੈ ਡੀਏਵੀ ਕਾਲਜ ਦੀ। ਅੱਛਾ ਹਾਂਜੀ, ਡੋਲੀ ਨਾਮ ਹੈ ਉਹਦਾ। ਅੱਛਾ ਹਾਂਜੀ, ਬੀਐਸਸੀ ਕਰਦੀ ਹੈ। ਕਿਤੇ ਉਹ ਤੇ ਨੀ ਆ ਜਿਹੜੀ ਮੇਰੇ ਵਾਂਗਰੀ ਥੋੜੀ ਜੀ ਮੋਟੀ ਜੀ ਹੈ? ਹਾਂਜੀ ਹਾਂਜੀ ਉਹੀ ਗਾਜੀ ਗੁੱਲੇ ਵਾਲੀ। ਵੇ ਇੱਧਰ ਆ ਮਰ ਜਾਣਿਆ, ਤੈਨੂੰ ਪਤਾ ਉਹ ਧੀ ਹੈ ਮੇਰੀ ਧੀ।